केपीडी न्यूज़, हक सच और इंसाफ की आवाज। केपीडी न्यूज़, हक सच और इंसाफ की आवाज। एचएमवी कॉलेज के बाहर दूसरे दिन भी एससी छात्राओं द्वारा फीस विवाद को लेकर धरना प्रदर्शन किया गया। प्रदर्शनकारी छात्राओं का कहना है कि जब तक कॉलेज प्रशासन उनकी मांगे मान नहीं लेता, तब तक उनका रोष प्रदर्शन जारी रहेगा। जानकारी के अनुसार कॉलेज प्रबंधन द्वारा एससी छात्राओं से फीस मांगने पर छात्राओं ने हंगामा कर दिया। छात्राओं का कहना है कि सरकार द्वारा हमारी फीस कॉलेज प्रबंधक को दी जाती है, जबकि कॉलेज प्रबंधक का कहना है कि एससी छात्रों की फीस अब सरकार उनके अकाउंट में सीधा भेजती है। सूचना के बाद यूनियन नेता चंदन ग्रेवाल भी मौके पर पहुंचे और कॉलेज प्रबंधक से छात्रों की फीस का विवाद जल्द खत्म करने के लिए कहा। वहीं हंगामे की सूचना मिलते ही मौके पर थाना नंबर 2 की पुलिस पहुंची हुई है। ਜਿਹੜਾ ਇੱਥੇ ਕਾਲਜ ਦੇ ਵਿੱਚ ਸਾਨੂੰ ਵਿਜ਼ਿਟ ਕਰਨਾ ਪਿਆ, ਮੈਂ ਸਮਝਦਾ ਇੱਕ ਮਿਸਕਮਿਊਨੀਕੇਸ਼ਨ ਸੀਗਾ ਸਟੂਡੈਂਟਸ ਔਰ ਟੀਚਰ ਸਾਹਿਬਾਨ ਦੇ ਵਿੱਚ, ਜਿਹੜਾ ਫੀਸ ਨੂੰ ਲੈ ਕੇ ਇਹਨਾਂ ਦੇ ਦਿਮਾਗ ਦੇ ਵਿੱਚ ਕੁਛ ਚੱਲਦਾ ਪਿਆ, ਖਦਸ਼ਾ ਜਿਹਾ ਸੀਗਾ, ਉਹ ਮੇਰੇ ਖਿਆਲ ਆਲਮੋਸਟ ਉਹਨੂੰ ਦੂਰ ਕਰ ਦਿੱਤਾ। ਮੈਡਮ ਸਾਹਿਬਾਨ ਨੇ, ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਨੂੰ ਆਡੀਟੋਰੀਅਮ ਦੇ ਵਿੱਚ ਬੁਲਾ ਕੇ ਇਕੱਲੇ ਸਟੂਡੈਂਟਸ ਦੀ ਮੇਰੀ ਗੱਲ ਜਿੰਨੀ ਕੁਐਰੀ ਸੀਗੀ ਉਹ ਖਤਮ ਕੀਤੀ ਹੈ, ਅਤੇ ਜਾਂ ਖਤਮ ਕਰਨ ਦੀ ਕੋਸ਼ਿਸ਼ ਆਪਾਂ ਕਹਿ ਸਕਦੇ ਹਾਂ। ਬਟ ਇਸ ਮਾਧਿਅਮ ਤੋਂ ਮੈਂ ਇੱਕ ਗੱਲ ਸਰਕਾਰਾਂ ਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਪੈਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਆ, ਉਹ ਜਲਦ ਤੋਂ ਜਲਦ ਜਿਹੜੇ ਕਾਲਜ ਨੂੰ ਹੈਗੇ ਆ ਉਹਨਾਂ ਨੂੰ ਦੇ ਦੇਣੇ ਚਾਹੀਦੇ ਆ, ਤਾਂ ਜੋ ਇਹਦੇ 'ਤੇ ਮੈਂ ਸਮਝਦਾ ਕਿਸੇ ਨੂੰ ਵੀ ਸਿਆਸਤ ਕਰਨ ਦਾ ਕਿਸੇ ਮੌਕਾ ਨਾ ਮਿਲੇ। ਔਰ ਬੱਚਿਆਂ ਦਾ ਜਿਹੜਾ ਭਵਿੱਖ ਮੈਂ ਸਮਝਦਾ ਖਰਾਬ ਹੋ ਰਿਹਾ, ਜਿਹੜਾ ਅੱਜ ਦੀ ਪੂਰੀ ਦਿਹਾੜੀ ਜਿਹੜੀ ਬੱਚਿਆਂ ਨੇ ਇਸ ਪ੍ਰੋਟੈਸਟ ਦੇ ਵਿੱਚ ਲਾਈ ਹੈ, ਇਹ ਤਾਂ ਇਕੱਲੇ ਇੱਕ ਕਾਲਜ ਦੀ ਆਪਾਂ ਗੱਲ ਕਰਦੇ ਹਾਂ, ਇੱਦਾਂ ਹੀ ਵੱਖ ਵੱਖ ਕਾਲਜਾਂ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਸਾਰੇ ਸਟੂਡੈਂਟਸ ਨੂੰ ਕਰਨਾ ਪੈ ਰਿਹਾ। ਔਰ ਜੇ ਮੈਂ ਸਮਝਦਾ ਸਰਕਾਰਾਂ ਗੰਭੀਰ ਨੇ, ਪਹਿਲਾਂ ਤਾਂ ਇਹਨਾਂ ਨੂੰ ਚਾਹੀਦਾ ਕਿ ਕੋਈ ਸਕੀਮ ਜੇ ਇੱਦਾਂ ਦੀ ਕੋਈ ਲਾਂਚ ਕਰਦੇ ਆ ਉਹਨੂੰ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਥੱਲੇ ਇੰਪਲੀਮੈਂਟ ਕਰਨ। ਜੇ ਨਹੀਂ ਕਰ ਸਕਦੇ ਤਾਂ ਪਲੀਜ਼ ਇੱਥੇ ਕਿਰਪਾ ਕਰਕੇ ਸਾਰੀਆਂ ਸਰਕਾਰਾਂ ਨੂੰ ਬੇਨਤੀ ਆ, ਇੱਥੇ ਸਿਆਸਤ ਨਾ ਕਰਨ। ਹੁਣ ਜਿਹੜੀ ਅਗਲੀ ਗੱਲ ਹੈ, ਜੇ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਆਉਂਦੇ ਬੱਚਿਆਂ ਦੇ ਅਕਾਊਂਟਸ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਂ ਕਾਲਜਸ ਨੂੰ ਨਾ ਦਿੱਤੇ, ਤਾਂ ਸਾਨੂੰ ਸੰਘਰਸ਼ ਲਈ ਮਜਬੂਰ ਹੋਣਾ ਪਏਗਾ। ਔਰ ਉਹਦੇ ਲਈ ਜਿੰਨੀਆਂ ਵੀ ਜਥੇਬੰਦੀਆਂ ਜਾਂ ਦਲਿਤ ਜਥੇਬੰਦੀਆਂ ਹੈਗੀਆਂ ਸਾਰੀਆਂ ਲਾਮਬੱਧ ਹੋ ਕੇ ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਕਰਨਗੇ। ਸਰ, ਮੈਂ ਇਹਦੇ ਨਾਲ ਪ੍ਰੋਟੈਸਟ ਵਾਲੀ ਕੋਈ ਗੱਲ ਨਹੀਂ ਸੀਗੀ, ਸਿਰਫ਼ ਯੂਨੀਵਰਸਿਟੀ ਦੇ ਚਾਰਜਸ ਔਰ ਯੂਨੀਵਰਸਿਟੀ ਦੀ ਫੀਸ ਲੈਣ ਦੇ ਬਾਰੇ 'ਚ ਬੱਚਿਆਂ ਨਾਲ ਗੱਲ ਕੀਤੀ ਗਈ ਸੀ ਕਿ ਉਹਨਾਂ ਨੂੰ ਯੂਨੀਵਰਸਿਟੀ ਚਾਰਜਸ ਔਰ ਫਸਟ ਸਮੈਸਟਰ ਦੀ ਯੂਨੀਵਰਸਿਟੀ ਫੀਸ ਪੇ ਕਰਨੀ ਹੈ, ਤਾਂ ਕਿ ਅਸੀਂ ਉਹਨਾਂ ਦੇ ਫੋਰਮ ਜਿਹੜੇ ਆ ਅੱਗੇ ਭੇਜ ਸਕੀਏ। ਪਹਿਲਾਂ ਨਾਲੋਂ ਇਹ ਥੋੜ੍ਹਾ ਜਿਹਾ ਡਿਫਰੈਂਟ ਸਿਸਟਮ ਇਸ ਕਰਕੇ ਹੈ ਕਿਉਂਕਿ ਪਹਿਲਾਂ ਐਸਸੀ ਐਸਟੀ ਸਕਾਲਰਸ਼ਿਪ ਪੋਸਟ ਮੈਟ੍ਰਿਕ ਦੇ ਪੈਸੇ ਕਾਲਜਾਂ ਦੇ ਖਾਤੇ 'ਚ ਆਉਂਦੇ ਸੀ ਔਰ ਇਹ ਫੀਸ ਕਾਲਜ ਪੇ ਕਰਦੇ ਹੁੰਦੇ ਸੀ, ਲੇਕਿਨ ਚੂੰਕਿ ਹੁਣ ਸਰਕਾਰ ਦੀ ਸਕੀਮ ਬਦਲ ਗਈ ਹੈ, ਪੈਸੇ ਜਿਹੜੇ ਆ ਉਹ ਬੱਚਿਆਂ ਦੇ ਖਾਤੇ 'ਚ ਆਉਣੇ ਹੈ, ਇਸ ਕਰਕੇ ਫੀਸ ਉਹਨਾਂ ਬੱਚਿਆਂ ਨੇ ਪੇ ਕਰਨੀ ਹੈ। ਸੋ ਉਸੇ ਬਾਰੇ ਦੇ ਵਿੱਚ ਉਹ ਕੁਝ ਕਲੈਰੀਫਿਕੇਸ਼ਨ ਲੈਣ ਲਈ ਆਏ ਔਰ ਗਰੇਵਾਲ ਸਾਹਿਬ ਨੂੰ ਵੀ ਉਹਨਾਂ ਨੇ ਇੱਥੇ ਇਨਵਾਈਟ ਕੀਤਾ, ਬੁਲਾਇਆ। ਸੋ ਗਰੇਵਾਲ ਸਾਹਿਬ ਨੇ ਵੀ ਉਹਨਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੂੰ ਇਹੀ ਦੱਸਿਆ ਕਿ ਸ਼ਿਕਸ਼ਾ ਦਾ ਮਹੱਤਵ ਜਿਹੜਾ ਹੈ ਉਹਨੂੰ ਸਮਝਦੇ ਹੋਏ ਕਾਲਜ ਦੇ ਨਾਲ ਕੋਪਰੇਟ ਕਰਕੇ ਉਹਨਾਂ ਨੂੰ ਜਿਹੜੇ ਯੂਨੀਵਰਸਿਟੀ ਚਾਰਜਸ ਹੈ ਉਹ ਦੇ ਦੇਣੇ ਚਾਹੀਦੇ ਨੇ ਔਰ ਬਾਕੀ ਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਖਾਤੇ ਦੇ ਵਿੱਚ ਆਏਗੀ। ਯੂਨੀਵਰਸਿਟੀ ਚਾਰਜਸ 1680 ਰੁਪਏ ਨਵੇਂ ਬੱਚਿਆਂ ਲਈ ਔਰ ਪੁਰਾਣੇ ਬੱਚਿਆਂ ਲਈ 1330 ਰੁਪਏ। ਕੁਛ ਬੱਚੇ ਮਿਲੇ ਸੀਗੇ, ਉਹ ਕਹਿੰਦੇ ਅਸੀਂ ਆਲਰੇਡੀ 5000 ਫੀਸ ਪੇ ਕਰ ਚੁੱਕੇ ਹਾਂ। ਬੇਟਾ, ਉਹ ਫੀਸ ਹੈ, ਇਹ ਯੂਨੀਵਰਸਿਟੀ ਚਾਰਜਸ ਹੈ। ਜਦੋਂ ਉਹਨਾਂ ਦੇ ਟੋਟਲ ਫੀਸ ਉਹਨਾਂ ਨੂੰ ਆਉਣੀ ਹੈ ਅਤੇ ਜਿੰਨੀ ਫੀਸ ਉਹਨਾਂ ਨੇ ਦਿੱਤੀ ਹੋਏਗੀ ਅਸੀਂ ਉਹ ਮਾਈਨਸ ਕਰ ਦੇਣੀ ਹੈ। ਉਹਨਾਂ ਦੇ ਖਾਤੇ 'ਚ ਤਾਂ ਬੇਟਾ ਪੂਰੀ ਫੀਸ ਆਉਣੀ ਹੈ ਨਾ। ਮੈਂ ਇੱਕ ਜਿਹੜੀ ਕਲੀਅਰ ਕਰ ਦੂੰ, ਜਿਹੜਾ 1300 ਤੋਂ ਲੈ ਕੇ 2300 ਤੱਕ ਹੈ ਉਹ ਇੱਕ ਸਮੈਸਟਰ ਦੀ ਫੀਸ ਹੈ? ਨਹੀਂ ਬੇਟਾ, 1330 ਰੁਪਏ ਔਰ 1680 ਰੁਪਏ ਇਸ ਸਾਲ ਦੇ ਵਿੱਚ ਇੱਕ ਵਾਰੀ ਯੂਨੀਵਰਸਿਟੀ ਨੇ ਆਪਣੇ ਚਾਰਜਸ ਲੈਣੇ ਆ ਔਰ ਜਿਹੜੀ ਸਮੈਸਟਰ ਦੀ ਫੀਸ ਹੈ ਉਹ ਤਾਂ ਨੈਚੁਰਲੀ ਜੇ 2 ਸਮੈਸਟਰ ਹੈ ਤਾਂ 2 ਵਾਰੀ ਲੈਣੀ ਹੈ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़, हक सच और इंसाफ की आवाज़ आपको रखे सबसे आगे।